ਅਕਾਲ ਮੇਰਾ ਨਾਮ ਚਾਹਤ ਹੈ ਮੈਂ ਸਤਿ ਜਮਾਤ ਦੇ ਵਿਦਿਆਰਥਣ ਤੁਹਾਡੇ ਸਾਹਮਣੇ ਅੱਜ ਪੰਜਾਬੀ ਦੀ ਗਤੀਵਿਧੀ ਕਰਨ ਜਾ ਰਹੀ ਹਾਂ ਜਦੋਂ ਬਾਰਿਸ਼ ਇੱਕ ਵਾਰ ਸ਼ੁਰੂ ਹੋਈ ਤਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ ਸੀ ਅਸਮਾਨ ਤੋਂ ਵੱਡੀਆਂ ਵੱਡੀਆਂ ਹੰਝੂਆਂ ਵਰਗੀਆਂ ਬੂੰਦਾਂ ਡਿੱਗਦੀਆਂ ਅਤੇ ਸਭ ਦੇ ਮਨ ਵਿੱਚ ਜਿਵੇਂ ਕਾਲੇ ਬੱਦਲਾਂ ਦੇ ਵਾਂਗ ਸਮਾ ਜਾਂਦੀਆਂ ਸਭ ਦੇ ਚਿਹਰੇ ਤੇ ਰੋਂਦੇ ਹੋਏ ਅਸਮਾਨ ਦੀ ਝਲਕ ਦਿਖਣ ਲੱਗੀ ਫੇਰ ਵੀ ਬਾਰਿਸ਼ ਰੁਕੀ ਨਹੀਂ ਸਭ ਘਰ ਬੈਠੇ ਸਨ ਉਦਾਸ ਤੇ ਬੋਰ ਕਾਸ਼ ਸਾਡੇ ਕੋਲ ਕੁਝ ਕਰਨ ਨੂੰ ਹੁੰਦਾ ਗੀਤੀ ਨੇ ਅੰਗੜਾਈ ਲੈਂਦੇ ਹੋਏ ਕਿਹਾ ਸਾਡੇ ਨਾਲ ਕੋਈ ਮਜ਼ੇਦਾਰ ਗੱਲ ਨਹੀਂ ਹੁੰਦੀ ਵਿੱਕੀ ਬੋਲਿਆ ਦਰਅਸਲ ਮੰਮੀ ਨੇ ਉਹਨਾਂ ਨੂੰ ਬਾਹਰ ਬਾਰਿਸ਼ ਵਿੱਚ ਖੇਡਣ ਤੋਂ ਮਨਾ ਕੀਤਾ ਸੀ ਪਰ ਬੱਚਿਆਂ ਦਾ ਮਨ ਪਰਚਾਉਣ ਲਈ ਉਹਨਾਂ ਨੇ ਗਰਮਾ ਗਰਮ ਕਰਾਰੇ ਪਕੌੜੇ ਬਣਾ ਦਿੱਤੇ ਬੱਚਿਆਂ ਨੇ ਵੀ ਆਲੂ ਪਿਆਜ਼ ਪਾਲਕ ਗੋਭੀ ਵਗੈਰਾ ਕੱਟਣ ਵਿੱਚ ਉਹਨਾਂ ਦੀ ਮਦਦ ਕੀਤੀ ਪਕੌੜੇ ਸੱਚਮੁੱਚ ਬਹੁਤ ਸਵਾਦ ਬਣੇ ਸਨ ਸਭ ਨੇ ਗਰਮ ਗਰਮ ਪਕੌੜੇ ਹਰੀ ਚਟਨੀ ਨਾਲ ਚਟਕਰੇ ਲੈ ਕੇ ਖਾਧੇ ਢਿੱਡ ਭਰ ਕੇ ਖਾਣ ਦੇ ਬਾਵਜੂਦ ਜਦੋਂ ਪਕੌੜੇ ਬਚ ਗਏ ਤਾਂ ਮੰਮੀ ਨੇ ਉਹਨਾਂ ਨੂੰ ਢੱਕ ਕੇ ਮੇਜ਼ ਤੇ ਰੱਖ ਦਿੱਤਾ ਤਾਂ ਕਿ ਅਗਲੇ ਦਿਨ ਨਾਸ਼ਤੇ ਵਿੱਚ ਉਹ ਠੰਡੀ ਲੱਸੀ ਨਾਲ ਬੇਹੀ ਰੋਟੀ ਅਤੇ ਪਕੌੜੇ ਖਾ ਸਕਣ ਸੋਚੋ ਇੰਨੀ ਬਾਰਿਸ਼ ਵਿੱਚ ਪਸ਼ੂ ਪੰਛੀ ਕੀ ਕਰਦੇ ਹੋਣਗੇ ਗੀਤੀ ਨੇ ਕਿਹਾ ਕੀ ਕਰਦੇ ਹੋਣਗੇ ਪਿੰਜਰੇ ਵਿੱਚ ਬੈਠੇ